हेलो जी, सत श्री अकाल। अज लग गई अपनी ड्यूटी, सब्जी बनानी है। साग बनाना, साग नहीं नहीं साग साग अज ना जी असी सारा दिन हो गया बैठे नु घरे। असी के हां बनावांगे आ बनावांगे, मम्मी कहंदे असी सैर कर आणे, हर वेला तेरे जम्मे आ, असी बैठे नहीं, टाइम खराब करे ने फिर मेरे जम्मे पाता। हां हां जी ना भी पापा इधर नहीं। वीर जी बिल्कुल नहीं, आप हाथ नहीं लाउणा आप जो भी। हां आप बिल्कुल हाथ नहीं लाउणा खाने बनूंगा। आगे लेट आप दू लेट होगा काम, पर स्वाद होगा। हां ठीक है, देर है दरस्त है जो ही है गल। समान कोले कर दियो ते तुसी हाथ नहीं लाउणा गा, आपां बैठे ने खाना बस। भुर्जी खानी, आलू पकौड़े खाने, बहुत रहे बदलिया। हूं एंड टाइम पूरा ही लंघा लिया। हूं अल पास करो, अखा च पे गंडे पे आप गंडे पैन लागे होने बेचारे की। पूरी हेल्प ओवर च ਕਾਲੀ ਸੱਚੀ ਨਾ ਕਰਿਓ ਯਾਰ, ਹੁਣ ਹੌਲੀ ਹੌਲੀ ਕੱਟੂ ਮੈਂ ਗੰਡੇ ਕਿ ਤੇਜ਼ ਠੀਕ ਸਪੀਡ ਨਾ ਠੀਕ ਆ ਸਪੀਡ ਨਹੀਂ। ਤੂੰ ਤਾਂ ਚਲੋ ਆਦਰ ਆਪਣੇ ਕੁਕਿੰਗ ਜਿਹੜੀ ਕਰਦੀ ਆ ਹਰਮਨ ਦੇ ਨਾਲ ਆ, ਉਹ ਤਾਂ ਤੁਸੀਂ ਵਧੀਆ ਬਣਾ ਕੇ ਖਵਾਓਗੇ। ਨਹੀਂ ਜਿਹੜੀ ਉਹ ਗੰਡੇ ਤੇਜ਼ ਛੇ ਦੀ ਕੱਟਣਾ ਤਾਂ ਹੈ ਹੀ ਨਹੀਂ, ਆਪਾਂ ਤਾਂ ਬਸ ਬ੍ਰੈਡ ਨਾਲ ਜੋ ਸਾਰਾ ਸਮਾਨ ਜਿਹਾ ਕੱਟਿਆ ਗਿਆ ਤੇ ਫੇਰ ਬਸ ਆਪਾਂ ਕੀ ਬਣਾਉਣਾ ਕੀ ਆਪਾਂ ਅੱਜ ਆਪਾਂ 버ਗਰ ਬਣਾਵਾਂਗੇ ਬ੍ਰੈਡਾਂ ਦੇ ਵਿੱਚ ਲਾ ਕੇ। ਅੱਜ 버ਗਰ ਵਾਲੇ 버ਗਰ ਵੀ ਮੁੱਕੇ ਪਏ ਸੀਗੇ, ਫਿਰ ਆਪਾਂ ਹੁਣ ਬ੍ਰੈਡਾਂ 'ਚ ਹੀ ਲਾ ਲਾਂਗੇ ਸਾਰਾ ਸਮਾਨ ਕੱਟ ਕੇ। ਪਹਿਲਾਂ ਤਾਂ ਦੇਖੋ, ਪਹਿਲਾਂ ਤਾਂ ਤੁਸੀਂ ਕਹਿੰਦੇ ਆਲੂ ਦੇ ਅੰਡੇ ਲਿਆ ਦਿਓ, ਮੈਂ ਸਮੈਲ ਗਿਆ ਉੱਥੇ ਤੇ ਜਦੋਂ ਕਹਿੰਦੇ ਵੀ ਆਲੂ ਗੰਡੇ ਆ ਲਿਆ ਕੇ ਅੰਡੇ ਨਾਲੇ ਲਿਆ ਮੈਂ, ਕੀ ਕਹਿੰਦੇ ਹੁੰਦੇ ਆ ਆਪਣਾ ਆਲੂ ਕਹਿੰਦੇ ਆਲੂ ਵਾਲੇ ਪਕੌੜੇ ਖਾਣੇ, ਆਲੂ ਵਾਲੇ ਕਹਿੰਦੇ ਸੀ ਆਲੂ ਵਾਲੇ ਪਕੌੜੇ, ਆਲੂ ਗੋਭੀ ਵਾਲੇ ਪਕੌੜੇ। ਮੈਂ ਕਿਹਾ ਨਹੀਂ ਮੈਂ ਨਹੀਂ ਖਾਣੇ, ਤੇ ਇਧਰੋਂ ਵੀ ਮੰਮੀ ਹੁਣਾਂ ਨੇ ਵੀ ਕੈਨਸਲ ਕਰਤਾ, ਗੁੱਡ ਹੋ ਗਿਆ। ਕੋਈ ਨਹੀਂ, ਜਿੱਦੇ ਆਉਣੇ ਹੋਣਾ ਨੇ ਹੁਣ ਉਹਦੇ ਸਮਾਨ ਆਉਣਾ ਸਾਰਾ, ਸਾਰੇ ਕੰਮ ਲਾਉਣਾ ਸਾਰਾ ਕੰਮ ਲਾਵਾਂਗੇ ਉਹਦੇ ਰਿਸ਼ਤੇਦਾਰਾਂ ਨੇ ਬਹੁਤ ਆਣੇ ਆਉਣਾ ਜੀ ਘਰੇ। ਹਾਂ ਵੀ ਹੁਣ ਕੀ ਕਰਨਾ ਵਾ ਤੇ ਹੁਣ ਕਿਹੜੇ ਕੱਟਨੇ ਗੰਡੇ? ਗੰਡੇ ਮੈਂ ਕੱਟ ਦੂੰਗੀ ਜਿਹੜੀ ਬੋਲ ਤੂੰ, ਉਹ ਗੰਡੇ ਜਮਾ ਬਰੀਕ ਬਰੀਕ ਕੱਟ ਕੇ ਦੇਖੇ ਜਮਾ ਜਿਵੇਂ ਏਡੇ ਏਡੇ ਬਹੁਤ ਸਵਾਦ ਲੱਗਦੇ ਉਹ ਵੀ ਗੰਡੇ ਪਾਏ ਹੋਏ। ਉਹ ਵੀ ਬਰੀਕ ਬਰੀਕ ਕੱਟਾਂਗੇ ਆਪਾਂ ਜਿਹੜੀ ਤਰਕੇ ਇਦੋਂ ਹੀ ਬਰੀਕ ਇਦੋਂ ਹੀ ਬਰੀਕ ਤੇ ਲਾਉਂਦੇ ਨਾ ਅੱਛਾ ਤੜਕਾ ਲਾਉਣ ਲੱਗੇ ਆ ਤੜਕਾ ਨਹੀਂ ਬਸ ਉਹੀ ਬਸ ਨਹੀਂ ਪਿਆਜ਼ ਕੱਟ ਹੈ ਭੈਣ ਜੀ ਤੁਹਾਡੇ ਨਾਲ ਕੀ ਕਰਾਉਂਦੀ ਆ ਅੰਦਰ ਓਲੇ ਓਲੇ ਉਹ ਓਲੇ ਓਲੇ ਮੰਮੀ ਉਹ ਟਮਾਟਰ ਕੱਟੀ ਜਾਂਦੇ ਨਾ ਵੀ ਯਾਰ ਆ ਭੈਣ ਜੀ ਆਹ ਵੀ ਕੱਟਨੇ ਸੀਗੇ ਸਾਰਾ ਕੁਝ ਜੀ ਆ ਜਾ ਨਾ ਬੈਠ ਤੁਸੀਂ ਬੈਠੋ ਆਦਾ ਰਾਮ ਨਾਲ ਐ ਨਹੀਂ ਵੀ ਭੈਣ ਜੀ ਇੱਧਰ ਬਾਹਰ ਆ ਜਾਓ ਤੁਸੀਂ ਤਾਂ ਤੁਸੀਂ ਨਹੀਂ ਕੁਝ ਵੀ ਕਰਾਉਣਾ ਜਿਹੜੀ ਸਪੀਡ ਨਾਲ ਕੰਮ ਕਰ ਰਹੇ ਨੇ ਬੰਦਾ ਸਵੇਰੇ ਬ੍ਰੇਕਫਾਸਟ ਕਰਾਉਂਦਾ ਨਹੀਂ ਤੇ ਤਾਂ ਬਰਤਨ ਨਹੀਂ ਭੈਣ ਜੀ ਭੈਣ ਜੀ ਨੂੰ ਬਾਹਰ ਕੱਢੋ ਜਿਹੜੀ ਕਹਿੰਦਾ ਕਿੱਥੇ ਚੌਪਿੰਗ ਮੋੜ ਆਦੀ ਜਿੱਥੇ ਤੋਂ ਲੱਭਾ ਲੱਗੇ ਟਾਈਮ ਲਾਉਂਦਾ ਉਹ ਤਾਂ ਮੰਮੀ ਵਰਤੀ ਜਾਂਦੇ ਆ ਮੰਮੀ ਦੋ ਯਾਰ ਐ ਨਾ ਕਰੋ ਇੱਧਰ ਬਾਹਰ ਆ ਜਾਓ ਭੈਣ ਜੀ ਤੇ ਇਹ ਨਹੀਂ ਆਪਾਂ ਅੱਜ ਦਾ ਜਮਾ ਬਹਿ ਕੇ ਖਾਣਾ ਮੈਂ ਹੀ ਕੱਢ ਦਿੰਦਾ ਹਾਂ ਜੀ ਬਾਹਰ ਆ ਗਿਆ ਬਣਾ ਦੇਣ ਕੇ ਤੇ ਆਪਾਂ ਫੇਰ ਕੀ ਕਰਨਾ ਕੋਈ ਨਾ ਕਰਨਾ ਕੀ ਆ ਹੁਣ ਬਸ ਹਾਂ ਜਿਹੜੀ ਮੈਂ ਤੈਨੂੰ ਸਿਖਾਵਾਂਗਾ ਪਹਿਲਾਂ ਨਿਗੜ ਜਾ ਮੈਨੂੰ ਐ ਦੱਸ ਮੈਨੂੰ ਸਿੱਖੇ ਆ ਬੋਰਡ ਤੇ ਕੱਟੇ ਇਹ ਬੋਰਡ ਤੇ ਕੱਟ ਜਾ ਤੂੰ ਇਹਦੇ ਕੱਟੋ ਤੂੰ ਫੋਟ ਦੋ ਤੂੰ ਕੱਟੇ ਕੀ ਵਿਚਾਰੇ ਢੋਣੇ ਆ ਖੜ ਜਿਲੇ ਤੋ ਕਿ ਲਿਓ ਪਹਿਲਾਂ ਇਹਨੇ ਕਰ ਦੇ ਦੇ ਉਹ ਉਧਰ ਉਧਰ ਕਰ ਦੇ ਦੇ
ਵਿੱਚ ਦੀ ਹੈਲਪ ਜੀ ਨਾ ਕਰਨ ਉਹ ਆਪ ਦੇਣੀ ਤੁਸੀਂ ਬਿਨਾ ਭਾਂਡਿਆਂ ਤੋਂ ਬਣਾ ਦਿੰਦਾ ਸੀ ਮੈਂ ਤੁਹਾਨੂੰ ਪਰੇ ਹਟ ਯਾਰ ਤੂੰ ਅੱਛਾ ਮੈਂ ਹੁਣ ਬਿਨਾ ਕੋਈ ਤੋਂ ਚਲੋ ਬਣਾ ਲਿਓ ਸ਼ਹਿਰ ਪੁੱਤ ਪਿੱਛੇ ਹੋ ਜਾ ਇੱਧਰ ਆ ਜਾ ਪਿੱਛੇ ਪੁੱਤ ਵਿਚਾਲਿਓ ਕੱਢਦਾ ਵਿਚਾਲਿਓ मेनू लगता ना वीर जी तो रैक सेट चो खा के जमे नहीं बोलते स्टूडेंट आया अगला रोटी मचा मचा के लाना जानता है थोड़े गंढे मोटे रह जाते देखो इधर निकल के हट गया कालस भी पैंदी रहिंदी साडे हरियां मिर्चां पुरजा पुरजा कर दिंदे ट्रक दा पुरजा पुरजा करके बन दिंदे अज तो पूरा मजा आई जांदा इधर देखो इधर दो ने मम्मी आया दी जवाका दी बैठिया कि नहीं हां अनीतपाल भी बैठी है मौजा ना क्यों सोफे ते इधर नाना दोती दोनों जने खेडी जांदे आ आया नहीं हजे प्याज कटने वाला काम तो बहुत तेजी ना चल रहा हाँ काम तो तेजी ना चल रहा हाँ हूं मैं लगा बहन भला जेड़ी है भला तू आप हर बने तो थोड़ा दोने बना जो मर्जी बना लो साडे वालों ठीक है वैसे तू तेरा हाथ तेज है थोड़ा जिहा हर बने फिर मैं वीर जी दोनों बिस्कुट खवावांगे बना के सानू बनाए समझो ठीक है वीर जी मैं कहा एक दिन आप दोनों जना ने पता की करना इन्होंने बिस्कुट बना के दिखाने घरदे लड्डू बना देंगे हाँ टिकटॉक
ਐਡਵੈਂਚਰ ਨਹੀਂ ਆ ਟਿਕਟੌਕ ਤੇ ਬੰਦਾ ਦੱਸੂਗਾ ਜਿਹੜੀ ਟਿਕਟੌਕ ਤੇ ਬੰਦਾ ਉਹ ਆ ਗਈਆਂ ਆਪਣੇ ਇੱਥੇ ਲਿਖੋਂ ਦਾ ਹੀ ਆ ਨੇੜੇ ਤੇੜੇ ਦਾ ਹੀ ਕੈਨੇਡਾ ਦੇ ਵਿੱਚ ਤਾਂ ਜ਼ਰੂਰ ਜਾਂਦੀਆਂ ਹੋਣਗੀਆਂ ਉਹਦੀਆਂ ਵੀਡੀਓ ਵਧੀਆ ਵਾ ਪੂਰੀ ਪੋਜ਼ਿਟਿਵ ਵਾਈਬ ਆ ਬੰਦੇ ਦੀ ਪੂਰਾ ਚਿੱਲ ਕਰਦਾ ਬੰਦਾ ਟਰੱਕ ਚਲਾਉਂਦਾ ਤੇ ਉਹ ਹਰੇਕ ਵੀਡੀਓ 'ਚ ਕਹਿੰਦਾ ਕੋਈ ਵੀ ਗੱਲ ਕਰਨ ਲੱਗਾ ਐਂ ਕਰਦੇ ਆ चल कोई नी पालो मैं विचो कढ़ दिया करूंगा चल कोई नी ओके 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 सिलेंडर करते तत्ते बस आही काम कटा के रखनी कटवा के रख लो बहर कड्या ना पहला हार्ड नहीं है ज्यादा उस दिन मैं किया तुरंत कड्या बड़ा हार्ड सीगा पता ही तो बिंगा होया पिया हां बिलकुल बिलकुल अच्छा तू कहनी हरमन सारा शेड करके रख लांगे मैं तू कहनी सारा शेड करके रख लांगे इना कर दे बस तू जो शेड करता जे अपन फ्रिज चलाना है तो फिर रख दियो फिर रख ना तो फिर हो जाना भाई थोड़े टाइम के बीच पर ना सी पहला सी जेड़े बर्गर बनाउंदे हुंदे सी ओ सी कल्ला ही सामान पा के बना लेंदे हुंदे सी हुन असी निंजे दे विच थोड़ा चीज पा लेंदे ओ पिज़्ज़ा वाली फीलिंग आउंदी है जेड़ी विच पिज़्ज़ा खा लेंदे मैं जमा ही पनीर लगी जाता है मम्मी इंडिया अपने इंडिया तो नहीं अपनी किचन च कोई एह जी चीज होंगी चीज वर्गी है मम्मी घर च पिंड च अपने को नहीं मक्खन जिवें सांझी नूं आपां रोटी नहीं खवांदे हुंदे जशन उह ते ऐ लाई जांदे मूंह जे ते चक चक के लै भाई छुट्टी होगी होर बस तरस ਅੱਛਾ ਆ ਵੀ ਬਣਾ ਰਹੇ ਇਹ ਵੀ ਬਣਾ ਰਹੇ ਇਹ ਵਧੀਆ ਲੱਗਣਗੇ ਵਿੱਚ ਹਾਂ ਕਾਰਨ ਲੈ ਕਾਰਨ ਦੇ ਨਾਲ ਕਾਸ਼ ਬਣ ਜਾਣੀ ਹਾਂ ਵੀ ਕੋਡ ਤੋਂ ਬਣੇ ਵੀ ਆ ਕੀ ਤੇਰੇ ਵਾਹ ਕੀ ਬਣਦਾ ਫਿਰ ਕੀ ਵਾਹ ਤੂੰ ਆ ਗਿਆ ਹੁਣ ਕੀ ਹਰਮਨ ਅੱਜ ਪੂਰੀ ਖੁਸ਼ ਆ ਵੀ ਮੈਂ ਹਰਮਨ ਦੀ ਹੈਲਪ ਕਰਾਈ ਐ ਕਿਚਨ ਚ ਹੈ ਸਾਰੇ ਘਰ ਵਾਲੇ ਖੁਸ਼ ਹੁੰਦੇ ਨੇ ਜਦੋਂ ਘਰ ਵਾਲੇ ਹੈ ਹਾਂ ਚੰਪਾ ਨਹੀਂ ਹੋਇਆ ਨਹੀਂ ਅੱਜ ਤੱਕ ਕੋਈ ਤੂਰੀ ਖਾ ਬੁੱਤਲਾ ਵਾ ਓ ਵੇ ਉਧਰ ਸਨੈਲ ਚੂਰੀ ਖਾਂਦੀ ਆ ਇਧਰ ਡੇੜਾ ਖਾਊਗਾ ਡੇੜਾ ਆਵੇ ਆ ਆ ਚੂਰੀ ਚੂਰੀ ਓ ਤੇਰੀ ਮੈਂ ਖਾਣੀ ਸੀਗੀ ਮੈਂ ਖਾਣੀ ਸੀ
मैं खानी सी चूरी लिया मेरी नीत अज कितने मूह चाली निगाओ निगाओ चाली अगे मेरा चली जाना डैडी ने आपका करता स्टार्ट खाना डैडी की रिव्यू है बी थोड़े बारे ए बारे अज बर्गर बारे है फिर थोन पता ही है पुत का हरमन पुत का इंतजार बैठे सिरा बनिया बहुत वधिया गल आ बी पर भी मेरे आले च ना ही ना जा सासा सुसा पायो सर्विस फुल फास्ट आ देखो हमने बनाने लगे सीगे हां जी हां जी हां जी क्या बात है देखो भी सिरा हरियां हरियां मिर्चां पूरा चिरगल वज्जा पिया हां चलो भी हुण आपां निंजे दे विच रख दिंदी हरमन इधर ਉਹ ਆਪਣੀ ਦੂਜੀ ਪੈਟੀ ਇਹਦੇ ਚ ਲੱਗ ਜਾਣਾ ਹਰਮਨ ਇਹਦੇ ਨਾਲ ਹੀ ਨਿੰਜੇ ਚ ਮਾੜਾ ਥੋੜਾ ਡਰ ਜਾਂਦਾ ਆਪਣਾ ਨਿੰਜੇ ਤੋਂ ਵਾਲਾ ਹੁੰਦਾ ਅੰਦਰੋਂ ਗਰਮ ਆ ਅੰਦਰੋਂ ਨਹੀਂ ਗਰਮ ਸੀਗਾ ਯਾਰ ਕੋਈ ਨਾ ਓਏ ਹਾਏ 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 ਆ ਲੈ ਕਰਤਾ ਉਹੀ ਕੰਮ ਹਰਮਨ ਨੇ ਮਚਾ ਦੀਆਂ ਓ ਜਾ ਯਾਰ ਮੰਮੀ ਆਲੂ ਪੈਟੀਆਂ ਤਾਂ ਮਚ ਗਈਆਂ ਪਾਪਾ ਹੁਣ ਵੇਜ ਨਹੀਂ ਬਣਨਾ ਤੁਸੀਂ ਅੱਜ ਭੁੱਖੇ ਸਾਰੋ मम्मी लगा भी किचन चो बिनी मेनू वेल जा थोड़ा इधर दी कर लिए काम ना मम्मी ओए ओए ठाले ओदी ठाले मम्मी बेचारे बैठे सी हरमन यार तू मम्मी नू बहन नहीं दिंदी एक मिनट भी यार हां बहुत भैड़ी हरमन तेन माड़ा है मम्मी बैठे दस गए कह दनी है कौन ना कोई काम ना कोई ना कोई काम है की ओ
ਇੱਧਰ ਮੰਮੀ ਨੂੰ ਕਹਿੰਦੀ ਨਹੀਂ ਮੰਮੀ ਉੱਥੇ ਆਰਾਮ ਨਾਲ ਬੈਠੇ ਸੀਗੇ ਕੁਰਸੀ ਤੇ ਹੈਂ ਦੇਖ ਲਓ ਮੰਮੀ ਤੁਹਾਨੂੰ ਕਹਿੰਦੀ ਸੀ ਕੁਛ ਹੈਂ ਲਿਆਜ ਨਹੀਂ ਮੰਮੀ ਤੁਹਾਡੇ ਤੋਂ ਡਰਦੀ ਆ ਚਲੋ ਬਈ हरी मिर्च बहुत स्वाद लगी शेरा नाले स्वाद कही नाले कहने नाले कहने हरी मिर्च बहुत स्वाद लगी करारी लगी ਹਾਂਜੀ ਸਰ ਬਣਾਏ ਤੁਹਾਨੂੰ ਕੋ ਚਾਹੀਦਾ ਬਹੁਤ ਵਧੀਆ ਜੀ ਬਹੁਤ ਫਾਸਟ ਸਰਵਿਸ ਹੈ ਅਸੀਂ ਤਾਂ ਸਿਰਾ ਕਰ ਦਿੰਨੇ ਆ ਇਹ ਕਿਤੇ ਨਵੀਂ ਨਵੀਂ ਦੁਕਾਨ ਕਰਕੇ ਤਾਂ ਨਹੀਂ ਫਾਸਟ ਸਰਵਿਸ ਰੱਖੀ ਨਵੀਂ ਆ ਅੱਜ ਸ਼ੁਰੂਆਤ ਆ ਨਾ ਹਾਂ ਇਹ ਆਪਣੇ ਹਾਂ ਜਿਹੜੀ ਸੰਧੂ ਦੀ ਨਾਲ ਹਰਮਨ ਦਾ ਬਿਊਟੀ ਸਮਾਨ ਵੀ ਬਿਲਕੁਲ ਥੋੜੇ ਬਿਲਕੁਲ ਰੱਖਿਆ ਹੋਇਆ ਫਰੈਸ਼ ਫਰੈਸ਼ ਜਿਵੇਂ ਜਿਵੇਂ ਪੁਰਾਣਾ ਹੋਈ ਜਾਊਗਾ ਮੇਰਾ ਖਿਆਲ ਆ ਇਹ ਕੁਆਲਿਟੀ ਘਟਾਉਣ ਆ ਦਿਓ ਇਹਦੀ ਹੂੰ ਹੂੰ ਕੋਈ बहुत वधिया कैसे हैं मुंह ज्यादा हुलूज करते लगता है गर्म वीर जी तुसी भी नाल पीने को करारा थोनू भी लगता कोई भी माड़ा मोटी घाट हो सानू जरूर दस के जायो क्वालिटी लई तां असीं जान जांदे तुसी कह रहे हैं भी क्वालिटी तुसी घटा दोगे क्वालिटी नहीं घट सकदी पूरा रश पिया अपने शॉप रेस्टोरेंट ना ਹੁਣ ਤਾਂ ਦੂਜੀ ਜਗ੍ਹਾ ਕਿਚਨ ਵੀ ਇੱਧਰ ਚਲਾਤੀ ਲੱਗਦੀ ਆ ਹੈ ਇਹਦੇ ਤਾਂ ਦਿੱਲੀ ਜਾਂਦੇ ਵੀ ਤੇ ਇੱਧਰ ਹੋਰ ਪ੍ਰੋਸੈਸ ਆ ਅੱਜ ਤਾਂ ਨਿੰਜਾ ਵੀ ਕਹਿੰਦਾ ਹੁਣ ਅੱਜ ਤਾਂ ਪਤਨੀ ਕੋ ਬਦਲੇ ਲਈ ਜਾਂਦੇ ਆ ਨਿੰਜਾ ਹੈ ਅੱਜ ਵੀ ਸਾਰਿਆਂ ਦੇ ਪਸੰਦ ਦਾ ਬਸ ਹੁਣ ਬਣੀ ਜਾਂਦਾ ਫਿਰ ਪਾਪਾ ਖਾ ਰਹੇ ਨਾਲ ਜੀ ਹਰਮਨ ਹਾਂਜੀ ਆ ਜਿਹੜੀਆਂ ਆਹ ਜੀ ਸੀਖੀਆਂ ਦੇ ਵਿੱਚੋਂ ਸਾਡੂ ਪਾਇਆ ਸੀ ਕੁਛ ਵਿੱਚੋਂ ਹਾਂਜੀ ਉਹ ਤਾਂ ਵਧੀਆ ਵੀ ਕਿਹੜੀ ਡੈਡੀ ਜੀ ਪੌੜਿਆਂ ਨਾਲ ਤਾਂ ਵਧੀਆ ਰਹਿ ਗਏ ਵਧੀਆ ਰਹਿ ਗਏ ਚੰਗੇ ਰਹਿ ਗਏ ਵੀਰ ਜੀ ਪਕੌੜਿਆਂ ਤੋਂ ਵੀ ਮਤਲਬ ਕਿ ਹੋ ਗਈ ਨਾ ਵੀ ਇਹ ਰਹਿਣ ਦੀ ਬਣਾਉਣ ਨੂੰ ਤੇ ਹੋਰ ਕੰਨੀ ਕੀ ਬਣਾਉਣ ਚ ਨਾ ਰਹਿ ਗਈ ਹਾਂਜੀ ਸਾਰਿਆਂ ਨੇ ਖਾ ਲਿਆ ਗਾਇਜ਼ ਹੁਣ ਮੈਂ ਆਪਣੇ ਲਈ ਬਣਾਉਣ ਲੱਗੀ ਹਾਂ ਅਤੇ ਐਂਡ 'ਤੇ ਆ ਕੇ ਤਾਂ ਮੈਨੂੰ ਭੁੱਖ ਜੀ ਵੀ ਮਰ ਗਈ ਵੀ ਬਸ ਠੀਕ ਆ ਇੱਕ ਖਾ ਕੇ ਰੱਜ ਜਾਣਾ ਵੈਸੇ ਇੱਕ ਬਹੁਤ ਜ਼ਿਆਦਾ ਹੈਵੀ ਹੁੰਦਾ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਲੱਗੀ ਸਮਝ ਲੱਗ ਗਈ ਸੀ ਕਿ ਕੀ ਅਸੀਂ ਪਾਇਆ ਕਿਵੇਂ ਬਣਾਇਆ ਅਤੇ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਿਆ ਦੈਨ ਪਲੀਜ਼ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਹਰਮਨ ਬਿਊਟੀ ਐਂਡ ਸਾਡਾ ਕੁਕਿੰਗ ਵਾਲਾ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਕੁਕਿੰਗ ਵਿਦ ਹਰਮਨ ਓਕੇ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਬਾਏ ਬਾਏ ਗਾਇਜ਼।